चंडीगढ़ अंबाला मुख सड़क ते पिंड भांखरपुर कैमिकल दे ड्रमा नाल भरिया बड़ा ट्राला बेकाबू होके कार ते पलट गया। कार दी पिछली सीट ते बैठिया औरतां वाल वाल बच गई, जबकि कार चालक कार तो बाहर खड़ा होण करके बच गया। इस तो पहला ट्राले ने सड़क दे चलते एक ट्रक नू टक्कर मारी अते पुल दी रेलिंग दा एक बड़ा टुकड़ा सड़क किनारे जांदी रेहड़ी ते जा डिगा। रेहड़ी नुकसानी गई अते चालक बच गया। जानकारी अनुसार डेराबसी तो जीरकपुर जाते एक बड़े ट्राले ने अगे जाते ट्रक नू टक्कर मारते हुए फ्लाईओवर की रेलिंग तोड़ता होया कार ते पलट गया। हादसे तो बाद सड़क ते जाम लग गया ते ट्रैफिक पुलिस ने भारी मुशक्कत करते हुए नुकसाने वाहनों नू पासे करके आवाजाही चालू करवाई है। इस हादसे तो बाद ट्राला चालक मौके तो फरार है। ਇਹ ਅੱਜ ਕਿਆ ਹੋਇਆ ਹਾਦਸਾ? ਅੱਜ ਇਹ ਟਰੱਕ ਆ ਰਿਹਾ ਸੀ ਜਿਹੜਾ ਪਲਟਿਆ ਉੱਥੇ, ਤੇ ਮੈਨੂੰ ਲੱਗਾ ਇਹਨੂੰ ਨੀਂਦ ਨੂੰਦ ਆ ਗਈ ਹੋਣੀ। ਇਹਦਾ ਤੇਜ਼ ਸੀਗਾ, ਸਪੀਡ ਮਾ ਸੀਗਾ, ਤੇਜ਼ ਆਇਆ ਸੀਗਾ, ਜਦੋਂ ਇੱਧਰੋਂ ਸਟੀਅਰਿੰਗ ਹਿੱਲਿਆ ਤਾਂ ਤੋੜ ਕੇ ਲੰਘਾ ਤੋੜ ਕੇ ਇੱਧਰ ਵੜ ਗਿਆ ਕਰ। ਤੇ ਅੱਗੇ ਮਰੂਤੀ ਵਿੱਚ ਬੰਦੇ ਸੀ, ਉਹ ਪੈਂਚਰ ਮਰੂਤੀ 'ਚ ਪੈਂਚਰ ਲਵਾ ਰਹੇ ਸੀਗੇ, ਇੱਥੇ ਇਹਦੇ ਉੱਪਰ ਪਲਟ ਬਚ ਗਏ, ਮਤਲਬ ਸੱਟ ਕੇ ਸੀ ਉਹਦੇ ਵਿੱਚ। ਤੇ ਹੋਰ ਕਿਸ ਕਿਸ ਨੂੰ ਮਾਰੀ ਟੱਕਰ ਇਹਨਾਂ ਨੇ? ਰੇੜੀ ਵਾਲੇ ਆ ਰਿਹਾ ਸੀ ਸਾਡੇ ਪਿੰਡ ਦਾ, ਰੇੜੀ ਵਾਲੇ ਬੰਦੇ ਠੀਕ ਹੈ ਸਾਡੇ? ਠੀਕ ਹੈ। ਇਹ ਕਿੰਨੀ ਦੇਰ ਪਹਿਲਾਂ ਹੋਇਆ ਐਕਸੀਡੈਂਟ? ਅੱਧਾ ਘੰਟਾ ਹੋਇਆ। ਅੱਧਾ ਘੰਟਾ ਇਹ ਕਿਆ ਓਵਰ ਸਪੀਡ ਵਿੱਚ ਸੀ ਕਿ ਕਿਦਾਂ ਜੀ? ਬਹੁਤ ਤੇਜ਼ ਗੱਡੀ ਸੀ, ਬਹੁਤ ਤੇਜ਼ ਗੱਡੀ ਅੱਗੇ ਸੀ ਕਿ ਪਿੱਛੇ ਸੀ? ਮੇਰੇ ਵਾਲੇ ਕਹਿੰਦੇ ਬਰਾਬਰ ਵਾਦੀ ਪਿੱਛੇ ਤੇ ਆਇਆ ਮੇਰੇ ਜੋ ਜੀ। ਹਾਂ ਜੀ ਪਿੱਛੇ ਤੇ ਆਇਆ, ਮੇਰੇ ਪਿੱਛੇ ਤੋਂ ਤਾਂ ਅੱਧਾ ਜਾਮ ਲੱਗਿਆ ਵਾ, ਤਾਂ ਬਰਾਬਰ ਗੱਡੀ ਹੌਲੀ ਹੌਲੀ ਤਾਂ ਉੱਥੇ ਜਾਮ ਲੱਗਿਆ ਵਾ ਨਾ। पेंचर लवा रहे गड्डी तो बाहर सी तुसी? हां जी, पर दो बंदे पिछे बैठे हुए सी, ओ बच गए। हां जी, बोनट क्रश हो गया, ਪਿਛਲੀ ਸੀਟ ਤੇ ਬਚ ਗਏ ਦੋਨੋਂ। ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਖੜੀ ਸੀ, ਅਸੀਂ ਤਾਂ ਪੈਂਚਰ ਲਵਾ ਰਹੇ ਸੀ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।